ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ। ਅਤੇ ਸਾਧ ਸੰਗਤ ਜੀ, ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਜਦੋਂ ਵੀ ਆਪਾਂ ਨੂੰ ਸ਼ਮਸ਼ਾਨ ਘਾਟ ਜਾਣਾ ਪਵੇ, ਜਦੋਂ ਆਪਣੇ ਕਿਸੇ ਮਿੱਤਰ ਪਿਆਰੇ ਦੀ, ਸਕੇ ਸੰਬੰਧੀ ਦੀ ਜਦੋਂ ਮੌਤ ਹੋ ਜਾਂਦੀ ਹੈ, ਤਾਂ ਉਸੇ ਦੌਰਾਨ ਦੁੱਖ ਪ੍ਰਗਟ ਕਰਨ ਦੇ ਲਈ ਅਤੇ ਉਸ ਸਕੇ ਸੰਬੰਧੀ ਨੂੰ ਆਖਰੀ ਵਧਾਈ ਦੇਣ ਦੇ ਲਈ ਅਕਸਰ ਹੀ ਆਪਾਂ ਸ਼ਮਸ਼ਾਨ ਘਾਟ ਜਾਂਦੇ ਹਾਂ। ਸਾਧ ਸੰਗਤ ਜੀ, ਸ਼ਮਸ਼ਾਨ ਘਾਟ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਵਾਪਸ ਪਰਤ ਪੈਂਦੇ ਹਾਂ, ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਸ਼ਮਸ਼ਾਨ ਘਾਟ ਜਾਣ ਵੇਲੇ ਆਪਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਾਧ ਸੰਗਤ ਜੀ, ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ ਅੰਤਿਮ ਸੰਸਕਾਰ ਦੇ ਸਮੇਂ ਕਦੇ ਵੀ ਨਾਲ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ? ਅਤੇ ਜੇਕਰ ਤੁਸੀਂ ਨਹੀਂ ਮੰਨਦੇ, ਫਿਰ ਵੀ ਉਹ ਚੀਜ਼ਾਂ ਨੂੰ ਤੁਸੀਂ ਲੈ ਕੇ ਜਾਂਦੇ ਹੋ ਨਾਲ, ਤਾਂ ਸਾਧ ਸੰਗਤ ਜੀ, ਤੁਹਾਡੀਆਂ ਉਸੇ ਦਿਨ ਤੋਂ ਹੀ ਸਾਰੀਆਂ ਜ਼ਿੰਦਗੀ ਦੇ ਵਿੱਚੋਂ ਖੁਸ਼ੀਆਂ ਖਤਮ ਹੋ ਜਾਂਦੀਆਂ। ਅਤੇ ਸਾਧ ਸੰਗਤ ਜੀ, ਜੇਕਰ ਤੁਸੀਂ ਨਹੀਂ ਮੰਨਣਾ ਤਾਂ ਅਜਮਾ ਕੇ ਦੇਖ ਸਕਦੇ ਹੋ। ਅਕਸਰ ਹੀ ਜਦੋਂ ਕੀ ਹੁੰਦਾ ਹੈ, ਕਿਸੇ ਸਕੇ ਸੰਬੰਧੀ ਦੀ, ਮਿੱਤਰ ਪਿਆਰੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੌਰਾਨ ਅੰਤਿਮ ਵਿਦਾਈ ਦੇਣ ਵਾਸਤੇ ਅਕਸਰ ਹੀ ਆਪਾਂ ਨੂੰ ਸ਼ਮਸ਼ਾਨ ਘਾਟ ਜਾਣਾ ਪੈਂਦਾ ਹੈ। ਪਰ ਉਸ ਦੌਰਾਨ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਆਪਾਂ ਪਿੱਛੇ ਛੱਡ ਕੇ ਜਾਣੀਆਂ ਨੇ? ਐਸੇ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਨਸਾਨ ਜਦੋਂ ਇਸ ਦੁਨੀਆ ਦੇ ਵਿੱਚ ਆਉਂਦਾ ਹੈ, ਉਹ ਆਪਣੇ ਤਰ੍ਹਾਂ ਤਰ੍ਹਾਂ ਦੇ ਰੰਗ ਮਾਣਦਾ ਹੈ। ਬਚਪਨ ਖੇਡ ਕੇ ਲੰਘ ਜਾਂਦਾ ਹੈ, ਜਵਾਨੀ ਕੰਮ ਕਰਨ ਕੇ ਲੰਘ ਜਾਂਦੀ ਹੈ, ਅਤੇ ਬੁਢਾਪੇ ਦੇ ਵਿੱਚ ਉਸ ਮਾਲਕ ਨੂੰ ਚੇਤੇ ਕਰਦਾ ਹੈ, ਪਰ ਸਵਾਸਾਂ ਦੀ ਜੋ ਪੂੰਜੀ ਹੈ ਉਹ ਬਿਲਕੁਲ ਹੀ ਥੋੜ੍ਹੀ ਰਹਿ ਜਾਂਦੀ ਹੈ। ਅਤੇ ਇੱਕ ਦਿਨ ਉਸ ਸਵਾਸਾਂ ਰੂਪੀ ਪੂੰਜੀ ਨੂੰ ਭੁਗਤ ਕੇ ਇਨਸਾਨ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਸਾਧ ਸੰਗਤ ਜੀ, ਇਨਸਾਨ ਜਦੋਂ ਆਪਣੀ ਪਿਛਲੀ ਜ਼ਿੰਦਗੀ ਵੱਲ ਵੇਖਦਾ ਹੈ, ਉਸ ਨੂੰ ਤਾਂ ਇਹ ਲੱਗਦਾ ਹੈ ਕਿ ਜ਼ਿੰਦਗੀ 'ਚ ਤਾਂ ਹਜੇ ਮੈਂ ਕੁਛ ਦੇਖਿਆ ਹੀ ਨਹੀਂ। ਉਹ ਜ਼ਿੰਦਗੀ ਦੇ 100 ਸਾਲ ਵੀ ਜੀ ਲਵੇ, ਫਿਰ ਵੀ ਉਸਨੂੰ ਉਹ ਜ਼ਿੰਦਗੀ ਬਿਲਕੁਲ ਹੀ ਥੋੜ੍ਹੀ ਲੱਗਦੀ ਹੈ। ਸਾਧ ਸੰਗਤ ਜੀ, ਤੁਸੀਂ ਆਪਣੇ ਵੱਲ ਹੀ ਦੇਖ ਲਓ, ਕਿਸੇ ਦੀ ਉਮਰ 40 ਸਾਲ ਹੋ ਜਾਵੇ, 30 ਸਾਲ ਹੋ ਜਾਵੇ, ਉਸਨੂੰ ਆਪਣਾ ਬਚਪਨ ਚੇਤੇ ਆਉਂਦਾ ਅਤੇ ਇੱਦਾਂ ਮਹਿਸੂਸ ਹੁੰਦਾ ਕਿ ਜਿਵੇਂ ਉਹ ਕੱਲ੍ਹ ਦੀ ਗੱਲ ਹੋਵੇ। ਅਤੇ ਸਾਧ ਸੰਗਤ ਜੀ, ਆਖਰੀ ਜਿਹੜੀ ਮੰਜ਼ਿਲ ਹੈ ਉਹ ਮੰਜ਼ਿਲ ਹੈ ਸ਼ਮਸ਼ਾਨ ਘਾਟ। ਇਨਸਾਨ ਜਦੋਂ ਜਨਮ ਲੈਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਵੀ ਕੋਈ ਕਿਰਿਆ ਕਰਮ ਹੁੰਦਾ ਹੈ, ਆਪ ਕੁਛ ਵੀ ਨਹੀਂ ਕਰਦਾ। ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਉਦੋਂ ਵੀ ਸਕੇ ਸੰਬੰਧੀ ਬਹੁਤ ਖੁਸ਼ੀ ਮਨਾਉਂਦੇ ਨੇ, ਜਦੋਂ ਉਸਦਾ ਵਿਆਹ ਹੁੰਦਾ ਹੈ ਉਦੋਂ ਵੀ ਸਕੇ ਸੰਬੰਧੀਆਂ ਦੇ ਵਿੱਚ ਕੋਈ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ, ਪਰ ਜਦੋਂ ਮੌਤ ਹੁੰਦੀ ਹੈ ਉਦੋਂ ਦੁੱਖ ਪ੍ਰਗਟਾਇਆ ਜਾਂਦਾ ਹੈ ਅਤੇ ਉਸ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸ਼ਮਸ਼ਾਨ ਘਾਟ ਛੱਡਣ ਜਾਂਦੇ ਨੇ ਲੋਕ। ਅਤੇ ਸਾਧ ਸੰਗਤ ਜੀ, ਦੱਸ ਦਈਏ ਕਿ ਆਖਿਰਕਾਰ ਮੰਜ਼ਿਲ ਤਾਂ ਉਸਦੀ ਉਹੀ ਹੁੰਦੀ ਹੈ, ਪਰ ਸਾਰੀ ਉਮਰ ਬੀਤ ਜਾਂਦੀ ਹੈ ਉਸ ਮੰਜ਼ਿਲ ਨੂੰ ਪਾਉਣ ਦੇ ਲਈ। ਇਨਸਾਨ ਜੀਂਦਾ ਹੈ, ਬਹੁਤ ਸਾਰੇ ਦੁੱਖ ਕਸ਼ਟ ਆਪਣੇ ਸਰੀਰ ਦੇ ਉੱਪਰ ਝੱਲਦਾ ਹੈ, ਪਰ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਹੀ ਉਸਦੇ
ਰਸਤੇ ਬੰਦ ਹੋ ਜਾਂਦੇ ਨੇ, ਕੋਈ ਉਸਨੂੰ ਦੁੱਖ ਨਹੀਂ ਦਿੰਦਾ, ਉਸ ਤੋਂ ਬਾਅਦ ਕੋਈ ਉਸਨੂੰ ਪਰੇਸ਼ਾਨ ਨਹੀਂ ਕਰਦਾ, ਤੋ ਆਪਣੀ ਆਖੀਰਲੀ ਮੰਜ਼ਿਲ ਦੇ ਵੱਲ ਵੱਧ ਪੈਂਦਾ। ਅਤੇ ਇਹਨਾਂ ਚੀਜ਼ਾਂ ਨੂੰ ਆਪਾਂ ਕਦੇ ਸੋਚਦੇ ਜਾਂ ਵਿਚਾਰਦੇ ਨਹੀਂ, ਆਪਾਂ ਸਿਰਫ ਅਤੇ ਸਿਰਫ ਅੰਧ ਵਿਸ਼ਵਾਸ ਵਾਲੇ ਪਾਸੇ ਤੁਰ ਪੈਂਦੇ ਹਾਂ ਕਿ ਸ਼ਮਸ਼ਾਨ ਘਾਟ ਜਾਣ ਵੇਲੇ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਜਾਂ ਕਿਹੜੀਆਂ ਚੀਜ਼ਾਂ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ। ਸਾਧ ਸੰਗਤ ਜੀ, ਤਿੰਨ ਚੀਜ਼ਾਂ ਤੁਹਾਨੂੰ ਅਸੀਂ ਦੱਸਾਂਗੇ ਜਿਹੜੀਆਂ ਸ਼ਮਸ਼ਾਨ ਘਾਟ ਦੇ ਵਿੱਚ ਕਦੇ ਵੀ ਨਾ ਲੈ ਕੇ ਜਾਓ। ਪਹਿਲੇ ਨੰਬਰ 'ਤੇ ਆਪਣਾ ਹੰਕਾਰ, ਉਸ ਹੰਕਾਰ ਨੂੰ ਬਾਹਰ ਹੀ ਛੱਡ ਕੇ ਆਓ, ਕਿਉਂਕਿ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਚਿਖਾ ਜਲਦੀ ਹੈ ਨਾ, ਤਾਂ ਉਸ ਸਮੇਂ ਜੇਕਰ ਇਨਸਾਨ ਸੋਚ ਲਵੇ ਕਿ ਮੈਂ ਜਿਹੜਾ ਹੰਕਾਰ ਕਰਦਾ ਹਾਂ ਇੱਕ ਦਿਨ ਸੜ ਕੇ ਐਵੇਂ ਸਵਾਹ ਹੋ ਜਾਣਾ। ਅਤੇ ਸਾਧ ਸੰਗਤ ਜੀ, ਦੂਜੇ ਨੰਬਰ 'ਤੇ ਧਨ ਦੌਲਤ, ਚਿਖਾ ਦੇ ਵਿੱਚ ਆਪਣੇ ਮਿੱਤਰ ਪਿਆਰੇ ਨੂੰ ਸੜਦਾ ਹੋਇਆ ਦੇਖ ਕੇ ਜੇਕਰ ਇਨਸਾਨ ਇਹ ਸੋਚ ਲਵੇ ਕਿ ਮੈਂ ਇਸ ਧਨ ਦੌਲਤ ਦਾ ਕੀ ਕਰਨਾ ਹੈ, ਇੱਕ ਦਿਨ ਸੜ ਕੇ ਸਵਾਹ ਹੋ ਜਾਣੀ ਹੈ, ਇਹ ਧਨ ਦੌਲਤ ਜ਼ਮੀਨ ਜਾਇਦਾਦ ਇੱਥੇ ਹੀ ਰਹਿ ਜਾਣੀ ਹੈ, ਅਖੀਰ ਦੇ ਵਿੱਚ ਜੋ ਤਨ 'ਤੇ ਕੱਪੜਾ ਹੈ ਉਹ ਵੀ ਮੇਰਾ ਨਹੀਂ ਹੈ। ਸਾਧ ਸੰਗਤ ਜੀ, ਤੀਜੀ ਗੱਲ, ਜਿਹੜੀ ਮੋਹ ਮਾਇਆ ਦੇ ਵਿੱਚ ਇਨਸਾਨ ਫਸਿਆ ਰਹਿੰਦਾ ਹੈ, ਜੇਕਰ ਇਨਸਾਨ ਇਹ ਸੋਚ ਲਵੇ ਕਿ ਮੇਰਾ ਆਪਣਾ ਇਸ ਦੁਨੀਆ ਦੇ ਉੱਪਰ ਕੋਈ ਵੀ ਨਹੀਂ, ਕਿਉਂਕਿ ਉਹੀ ਲੋਕ ਜਿਨ੍ਹਾਂ ਨੂੰ ਖਿਡਾਇਆ, ਜਿਨ੍ਹਾਂ ਨੂੰ ਪਾਲ ਪੋਸ ਕੇ ਵੱਡੇ ਕੀਤਾ, ਪੈਰਾਂ 'ਤੇ ਚੱਲਣ ਦੇ ਕਾਬਲ ਬਣਾਇਆ, ਉਹਨਾਂ ਨੂੰ ਕਾਮਯਾਬ ਬਣਾਇਆ, ਅੱਜ ਉਹੀ ਲੋਕ ਤੈਨੂੰ ਅੱਗ ਦੇ ਰਹੇ ਨੇ। ਅਤੇ ਸਾਧ ਸੰਗਤ ਜੀ, ਇਹ ਗੱਲਾਂ ਸੋਚਣ ਵਿਚਾਰਨ ਵਾਲੀਆਂ ਨੇ, ਆਪਾਂ ਨੂੰ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਨ ਦੀ ਜ਼ਰੂਰਤ ਹੈ, ਨਾਮ ਸਿਮਰਨ ਕਰਨਾ ਚਾਹੀਦਾ ਹਮੇਸ਼ਾ, ਚੰਗੇ ਕਰਮ ਕਰਨੇ ਚਾਹੀਦੇ ਨੇ, ਭਲਾਈ ਦੇ ਕੰਮ ਕਰਨੇ ਚਾਹੀਦੇ ਨੇ, ਤਾਂ ਜੋ ਇਸ ਦੁਨੀਆ ਤੋਂ ਕੋਈ ਵੀ ਰੁਖਸਤ ਹੋਵੇ, ਇਸ ਦੁਨੀਆ ਤੋਂ ਕੋਈ ਵੀ ਜਾਵੇ ਤਾਂ ਪਿੱਛੇ ਦੁਨੀਆ ਉਸਨੂੰ ਸਲਾਮਾ ਕਰੇ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।